ਸਮਾਰਟ ਕਾਰਡ ਹੋਲਡਰਾਂ ਨੂੰ ਸਸਤੀ ਕਣਕ ਵੰਡਣ ਨੂੰ ਲੈ ਕੇ ਗੁਰਾਇਆ ਨਜ਼ਦੀਕ ਪਿੰਡ ਕਮਾਲਪੁਰ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪਿੰਡ ਵਾਸੀਆਂ ਨੇ ਵੰਡੀ ਜਾਣ ਵਾਲੀ ਕਣਕ ਨੂੰ ਬੇਹੱਦ ਹੀ ਘਟਿਆ ਕਰਾਰ ਦਿੱਤਾ। ਪਿੰਡ ਵਾਸੀਆਂ ਮੁਤਾਬਕ ਜੋ ਕਣਕ ਉਹਨਾਂ ਨੂੰ ਵੰਡੀ ਜਾ ਰਹੀ ਸੀ ਉਸ ਵਿੱਚੋਂ ਬਹੁਤ ਜ਼ਿਆਦਾ ਬਦਬੂ ਆ ਰਹੀ ਸੀ, ਜਦਕਿ ਕਣਕ ਦਾ ਰੰਗ ਵੀ ਕਾਲਾ ਹੋ ਚੁੱਕਾ ਸੀ। ਉਹਨਾਂ ਕਿਹਾ ਕਿ ਕਰੀਬ 2 ਮਹੀਨੇ ਪਹਿਲਾਂ ਹੀ ਉਹਨਾਂ ਕਣਕ ਦੀ ਪਰਚੀ ਦਿੱਤੀ ਗਈ ਸੀ ਤੇ ਪੂਰੇ 2 ਮਹੀਨੇ ਬਾਅਦ ਹੀ ਕਣਕ ਨਾਲ ਭਰਿਆ ਟਰੱਕ ਆਇਆ ਸੀ। ਉਹਨਾਂ ਦੋਸ਼ ਲਾਇਆ ਕਿ ਜਦੋਂ ਉਹਨਾਂ ਨੇ ਟਰੱਕ ਵਿੱਚ ਪਈ ਕਣਕ ਦੇਖੀ ਤਾਂ ਉਸ ਵਿੱਚ ਹਰਿਆਣਾ ਤੇ ਮਹਾਰਾਸ਼ਟਰ ਸਰਕਾਰ ਦੀ ਪੈਕਿੰਗ ਸੀ, ਜਿਸ ਤੇ 2015 ਤੇ 16 ਦੀ ਪੈਕਿੰਗ ਦੀ ਤਾਰੀਖ ਸੀ। ਉਹਨਾਂ ਕਿਹਾ ਕਿ ਜਦੋਂ ਉਹਨਾਂ ਨੇ ਬੋਰੇ ਖੋਲ੍ਹ ਕੇ ਦੇਖੇ ਤਾਂ ਬਹੁਤ ਜ਼ਿਆਦਾ ਗੰਦੀ ਬਦਬੂ ਆ ਰਹੀ ਸੀ। ਉਹਨਾਂ ਕਿਹਾ ਕਿ ਉਹ ਤਾਂ ਪਹਿਲਾਂ ਹੀ ਕਰੋਨਾ ਕਾਰਨ ਹੋਈਆਂ ਜ਼ਿਆਦਾ ਮੌਤਾਂ ਕਾਰਨ ਸੰਤਾਪ ਭੋਗ ਰਹੇ ਹਨ। ਉੱਤੋਂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੀ ਇਸ ਤਰ੍ਹਾਂ ਦੀ ਘਟੀਆ ਕਣਕ ਦੇ ਕੇ ਸਰਕਾਰ ਬਿਮਾਰੀਆਂ ਦੇ ਗੱਫੇ ਵੀ ਫ੍ਰੀ ਦੇ ਰਹੀ ਹੈ। ਇਸ ਦੌਰਾਨ ਪਿੰਡ ਵਾਸੀਆਂ ਨੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਸਰਕਾਰ ਪਾਸੋਂ ਮੰਗ ਕੀਤੀ ਕਿ ਉਹਨਾਂ ਨੂੰ ਦਿੱਤੀ ਜਾਣ ਵਾਲੀ ਕਣਕ ਸਾਫ਼ ਸੁਥਰੀ ਹੀ ਦਿੱਤੀ ਜਾਵੇ। ਇੱਥੇ ਕਣਕ ਆਈ ਜਦੋਂ ਅਸੀਂ ਦੇਖਿਆ ਅਤੇ ਬਹੁਤ ਕਣਕ ਗੰਦੀ ਆ, ਸਮੈਲ ਆ ਰਹੀ ਆ। 2015-16 ਦੀ ਪੈਕਿੰਗ ਆ ਅਤੇ ਬੋਰੇ ਵੀ ਕੋਈ ਹਰਿਆਣਾ ਗੌਰਮੈਂਟ ਦੇ, ਕੋਈ MP ਗੌਰਮੈਂਟ ਦੇ, ਜਦਕਿ ਪੰਜਾਬ ਆ ਇਹ। ਪੰਜਾਬ ਦੇ ਵਿੱਚ MP ਦੀ, ਹਰਿਆਣੇ ਦੀ ਕਣਕ ਆ ਰਹੀ ਆ ਅਤੇ ਜਿਹੜੀ ਬਿਲਕੁਲ ਵੀ ਖਾਣ ਦੇ ਲਾਇਕ ਨਹੀਂ, ਜਾਨਵਰ ਵੀ ਨਹੀਂ ਖਾ ਸਕਦੇ, ਇਹ ਬੱਚਿਆਂ ਨੂੰ ਖਾ ਰਿਹਾ। ਅਸੀਂ ਫ੍ਰੀ ਦੇ ਨਾਂ ਦੇ ਉੱਤੇ ਬੱਚਿਆਂ ਨੂੰ ਜ਼ਹਿਰ ਖਿਲਾਈਏ ਜੀ, ਇਹ ਸੋਚੋ ਤੁਸੀਂ। ਇੰਨੀ ਗੰਦੀ ਸਮੈਲ ਆ ਬਈ ਜਾਣੀ ਜਾਨਵਰ ਵੀ ਨਹੀਂ ਖਾ ਸਕਦੇ। 2001 ਸਾਲ ਦੇ ਵਿੱਚ ਕਣਕ ਨੂੰ ਉੱਲੀ ਲੱਗ ਜਾਂਦੀ ਆ, 1 ਸਾਲ ਦੀ ਪੈਕਿੰਗ ਕੀਤੀ ਹੋਵੇ ਸੁਥਰੀ ਲੱਗ ਜਾਂਦੀ ਆ। ਇਹ 2016-17 ਦੀ ਪੈਕਿੰਗ ਆ, 5-6 ਸਾਲ ਪੁਰਾਣੀ ਪੈਕਿੰਗ ਆ, ਉਹ ਸਾਨੂੰ ਲਿਆ ਕੇ ਖਿਲਾ ਰਿਹਾ ਹੈ। ਨਹੀਂ ਅਸੀਂ ਇਹੀ ਆਪਣੇ ਪਿੰਡ ਵਾਸੀਆਂ ਨੂੰ ਮੈਂ ਇਹੀ ਸਲਾਹ ਦਿੰਦਾ ਵੀ ਫ੍ਰੀ ਪਿੱਛੇ ਨਾ ਜਾਓ, ਸਾਡਾ ਪਿੰਡ ਅੱਗੇ ਹੀ ਕਰੋਨਾ ਦੀ ਗ੍ਰਸਤ ਵਿੱਚ ਆਇਆ ਹੋਇਆ, ਬਹੁਤ ਅਸੀਂ ਸੰਤਾਪ ਭੋਗ ਚੁੱਕੇ ਹਾਂ। ਸਾਡੇ ਪਿੰਡ ਦੇ ਵਿੱਚ ਬਹੁਤ ਕਰੋਨਾ ਦੇ ਮਰੀਜ਼ ਨਿਕਲੇ ਆ, ਵੀ ਤੁਸੀਂ ਫ੍ਰੀ ਪਿੱਛੇ ਐਵੇਂ ਆਪਣੇ ਬੱਚਿਆਂ ਨੂੰ ਜ਼ਹਿਰ ਨਾ ਖਿਲਾਓ। ਅੱਗੇ ਵੀ ਤਾਂ ਅਸੀਂ ਖਾਂਦੇ ਸੀਗੇ, ਅੱਗੇ ਵੀ ਮੁੱਲ ਲੈ ਕੇ ਖਾਂਦੇ ਸੀਗੇ, ਹੁਣ ਇਹ ਨਾ ਹੋਵੇ ਫ੍ਰੀ ਪਿੱਛੇ ਆਪਾਂ ਬੱਚੇ ਮਾਰ ਲਓ ਆਪਣੇ। ਪੰਜਾਬ ਸਰਕਾਰ ਨੂੰ ਇਹੀ ਮੈਂ ਬੇਨਤੀ ਕਰਦਾ ਵੀ ਸਾਡੇ ਲੋਕਾਂ ਦੀ ਜ਼ਿੰਦਗੀ ਨਾ ਖਿਲਵਾੜ ਨਾ ਕਰੋ। ਜੇ ਕਰਨੀ ਆ ਤੁਸੀਂ ਮਦਦ ਕੋਈ ਸਹੀ ਤਰੀਕੇ ਨਾਲ ਕਰੋ ਜੇ ਕਰਨੀ ਆ ਮਦਦ, ਮੈਂ ਇਹੀ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ। ਇਸ ਦੌਰਾਨ ਟਰੱਕ ਵਿੱਚੋਂ ਕਣਕ ਦੀਆਂ ਬੋਰੀਆਂ ਲਾ ਰਹੇ ਇੱਕ ਵਿਅਕਤੀ ਨੇ ਦੱਸਿਆ ਕਿ ਇਹ ਜੋ ਕਣਕ ਵੰਡੀ ਜਾ ਰਹੀ ਹੈ ਉਸ ਵਿੱਚ ਬਹੁਤ ਵੱਡੇ ਪੱਧਰ 'ਤੇ ਧਾਂਦਲੀ ਹੋ ਰਹੀ ਹੈ, ਜਿਸ ਦਾ ਉਸ ਸਮੇਂ ਪਤਾ ਲੱਗਾ ਜਦੋਂ ਟਰੱਕ ਵਿੱਚ ਅਗਲੇ ਪਾਸੇ ਰੱਖੀਆਂ ਬੋਰੀਆਂ ਨਵੀਆਂ ਸਨ, ਜਦਕਿ ਸੈਂਟਰ ਵਿੱਚ ਪਈਆਂ ਕਣਕ ਦੀਆਂ ਬੋਰੀਆਂ 5 ਸਾਲ ਪੁਰਾਣੀਆਂ ਸਨ। ਵਿਜੇ ਕੁਮਾਰ ਜੀ, ਤੁਸੀਂ ਕਣਕ ਇੱਥੋਂ ਲਾ ਰਹੇ ਜਾਣੀ? ਅਸੀਂ ਦੇਖਿਆ ਜਿਹੜੀ ਪਿਛਲਾ ਥੋਕ ਸੀ ਉਹ ਨਵਾਂ ਸੀ, ਜਿਹੜਾ 40 ਆ ਜਾਂ ਤਾਂ ਉਹਦੇ ਵਿੱਚ ਕੁਛ ਹੋਰ ਸੀ, ਹੁਣ ਜਿਹੜਾ ਮੂਹਰੇ ਮਾਲ ਲੈ ਰਿਹਾ ਉਹ ਕੁਛ ਹੋਰ ਆ। ਮੈਂ ਖੁਦ ਚੱਕੀ ਚਲਾਉਂਦਾ ਮੈਂ ਰੋਜ਼ਦਾ, ਜਿਹੜਾ ਬੰਦੇ ਤੁਹਾਨੂੰ ਪਹਿਲਾਂ ਦੱਸਿਆ ਮੈਂ ਉਹਦੀ 2.5 ਕੁਇੰਟਲ ਕਣਕ ਪਹਿਲਾਂ ਲੈ ਚੁੱਕਾ ਕਿ ਜਿਹੜੀ ਸਮੈਲ ਮਰ ਜਾਂਦੀ ਕਈਆਂ ਲੋਕਾਂ ਦੀ, ਜੰਮੀ ਡਰੰਮਾਂ 'ਚ ਭਾਈ ਗੰਮ ਜਾਂਦੀ ਹੈ ਨਾ, ਡਰੰਮਾਂ 'ਚ ਤੁਹਾਡੀ ਤਾਂ ਗੋਦਾਮ 'ਚ ਜੰਮਦੀ ਹੋਊਗੀ, ਇਹ ਤਾਂ ਡਰੰਮ 'ਚ ਗੰਮ ਜਾਂਦੀ ਹੈ, ਇਹ ਪਨੀ ਕਿੱਥੇ ਜੰਮੀ ਹੋਣੀ ਹੈ। ਅਤੇ ਉਹਦਾ ਮੋਹਲਾ ਟੁੱਕ ਦੇਖੋ ਬਿਲਕੁਲ ਸਾਫ਼ ਆ, ਜਿਹੜਾ 4400 ਆਇਆ ਪਿੱਛੇ ਜਿੰਨਾ ਮਾਲ ਪਿੱਛੇ ਮਾਲ ਜਿਹੜਾ ਲੱਗਾ ਸੀ ਨਾ ਉਹ ਵੀ 19 ਦਾ ਸੀ, ਜਿਹੜਾ 4400 ਆਇਆ 16-17 ਆ ਗਿਆ ਅਤੇ ਮੂਹਰੇ 19-20 ਵਾਲਾ ਆ ਗਿਆ ਵਿੱਚ, ਜਿਹਨੂੰ ਵਿਚਾਰੇ ਨਹੀਂ ਪਤਾ ਲੱਗਾ ਜਿਹਨੇ ਦੇਖ ਲਿਆ ਉਹ ਤਾਂ ਰੌਲਾ ਪਾਉਣਾ ਸੀ ਤੁਹਾਨੂੰ। ਅਤੇ ਹੁਣ ਜਾ ਕੇ ਦੇਖੋ ਤੀ ਚੜ ਕੇ ਬੁਰਾ ਲੱਗ ਦਿਖਾ ਦਿਆਂ ਤੁਹਾਨੂੰ, ਮੈਂ ਤਾਂ ਲਾਉਣ ਲਿਆ ਜਿਹੜੀ ਖਰਾਬ, ਹਾਂ ਖਰਾਬ ਗਿਆ, ਪਸ਼ੂ ਹੀ ਕੰਮ ਵੀ ਖਾਣ ਜੋਗੀ ਨੇ ਹੈਗੀ, ਹਾਂ ਮੰਡੀ ਜਾ ਰਹੀ ਹੈ। ਉਧਰ ਕਣਕ ਦੀ ਵੰਡ ਕਰਨ ਆਏ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਤੇਂਗ ਸੋਸਾਇਟੀ ਵਿੱਚ ਸੈਕਟਰੀ ਦੇ ਅਹੁਦੇ ਤੇ ਤੈਨਾਤ ਹੈ ਤੇ ਪਿੰਡ ਕਮਾਲਪੁਰ ਦਾ ਡਿਪੂ ਵੀ ਉਸ ਦੇ ਕੋਲ ਹੈ। ਉਹਨਾਂ ਕਿਹਾ ਕਿ ਸਿਵਲ ਸਪਲਾਈ ਵਿਭਾਗ ਨੇ ਜੋ ਕਣਕ ਭੇਜੀ ਹੈ ਉਹੀ ਕਣਕ ਉਹ ਸਪਲਾਈ ਕਰਨ ਲਈ ਆਇਆ ਹੈ। ਇਹ ਜਿਹੜੇ ਡਿਪੂ ਹੈ ਜੀ ਸਾਡੇ ਅੰਡਰ ਆਇਆ ਕਮਾਲਪੁਰ ਦਾ, ਅਤੇ ਸਾਨੂੰ ਸਿਵਲ ਸਪਲਾਈ ਤੋਂ ਅੱਜ ਆਇਆ ਕਿ ਕਾਲ ਆਈ ਕਿ ਉੱਥੇ ਤੁਸੀਂ ਇਹ ਕਣਕ ਵੰਡੀ ਜਾਵੇ ਅਤੇ ਅਸੀਂ ਕਣਕ ਵੰਡਣ ਆਏ ਹਾਂ ਜੀ, ਜੋ ਪਿੱਛੋਂ ਆ ਗਈ ਆ ਉਹਦੇ ਆਧਾਰ 'ਤੇ ਅਸੀਂ ਵੰਡ ਰਹੇ ਹਾਂ, ਸਾਡਾ ਕੋਈ ਕਿਸੇ ਵੀ ਪਬਲਿਕ ਦੇ ਨਾਲ ਕੋਈ ਦੁਸ਼ਮਣੀ ਨਹੀਂ। ਤੁਹਾਨੂੰ ਪਿੰਡ ਵਾਸੀਆਂ ਨੇ ਹੁਣ ਖੋਲ੍ਹ ਕੇ ਕਣਕ ਦਿਖਾਈ ਹੈ? ਹਾਂਜੀ ਕਣਕ ਇਹ ਕਾਲੀ ਹੋਈ ਹੈ, ਹਾਂਜੀ ਇਹਦੇ ਵਿੱਚ ਮੁਸ਼ਕ ਆ ਰਹੀ ਹੈ, ਹਾਂਜੀ ਸਮੈਲ ਆ ਰਹੀ ਹੈ। ਸਮੈਲ ਜਿਹੜੀ ਆ ਰਹੀ ਹੈ ਜੀ ਜਦੋਂ ਨਾ ਸੁਸਰੀ ਨਾ ਲੱਗਣ ਤੋਂ ਇੱਕ ਦਵਾਈ ਲਾਈ ਜਾਂਦੀ ਉਹਦੀ ਸਮੈਲ ਆ ਰਹੀ ਹੈ, ਕਿ ਦਾਣੇ ਕਾਲੇ ਇਹਦੇ ਵਿੱਚ ਦਾਣੇ ਹੈਗੇ ਜੀ ਵਿੱਚ, ਪਰ ਇਦੋਂ ਵੀ ਕਈ ਵਾਰ ਮਾੜੀ ਕੰਡੀਸ਼ਨ ਵਾਲਾ ਆਉਂਦਾ ਆ
ਮਤਲਬ ਰਾਸ਼ਨ ਆਉਂਦਾ ਪਰ ਇਹ ਤਾਂ ਉਹ ਕਹਿੰਦੇ ਜੀ ਇਹ ਤਾਂ ਜਾਨਵਰਾਂ ਦੇ ਖਾਣ ਵਾਲੇ ਹਨ ਹਾਂਜੀ ਸਰ ਹੁਣ ਜੋ ਪਿੱਛੋਂ ਆ ਰਹੀ ਆ ਅਸੀਂ ਤਾਂ ਉਹ ਕਰ ਰਹੇ ਹਾਂ ਅਸੀਂ ਤਾਂ ਇਹ ਵੀ ਕਿਹਾ ਕਿ ਤੁਸੀਂ ਜੇ ਨਹੀਂ ਦਿੰਦੇ ਤੁਸੀਂ ਲੈ ਕੇ ਉੱਥੇ ਦੇ ਦਿਓ ਅਸੀਂ ਵਾਪਸ ਲੈ ਜਾਂਦੇ ਹਾਂ ਕੋਈ ਤੁਹਾਡੇ ਨਾਲ ਇਹਦੀ ਪੈਕਿੰਗ ਉੱਪਰ ਗਵਰਨਮੈਂਟ ਆਫ ਹਰਿਆਣਾ ਲਿਖਿਆ ਹੈ ਹਾਂਜੀ ਹਾਂਜੀ ਤੇ ਅੱਗੇ ਦਾ ਪੰਜਾਬ ਗਵਰਨਮੈਂਟ ਵਾਲੀ ਇੱਥੇ ਵੰਡ ਰਹੇ ਆ ਆਪਾਂ ਹੋਰ ਪਾਸੇ ਦਾ ਅਸੀਂ ਦੇਖ ਰਹੇ ਇੱਥੇ ਇਸੇ ਪਿੰਡ ਦੇ ਵਿੱਚ ਹਰਿਆਣਾ ਗਵਰਨਮੈਂਟ ਨਹੀਂ ਜੀ ਉਹਨਾਂ ਨੇ ਮੈਂ ਤੁਹਾਨੂੰ ਦੱਸਿਆ ਪਿੱਛੋਂ ਆਇਆ ਜੀ ਸਾਨੂੰ ਸਰਕਾਰ ਨੇ ਪਿੱਛੋਂ ਫੋਨ ਕਰਨਾ ਸਾਡੇ ਇੰਸਪੈਕਟਰ ਸਾਹਿਬ ਹੁਣੀ ਕਿ ਭਾਈ ਆਹ ਕਣਕ ਆਈ ਆ ਅਤੇ ਵੰਡ ਦਿਓ ਟਰੱਕ ਆ ਪੰਜਾਬ ਹਾਂਜੀ ਪੰਜਾਬ ਮੈਨੂੰ ਇੰਨਾ ਨਹੀਂ ਇਹਦਾ ਪਤਾ ਪੰਜਾਬ ਐਫ ਸੀ ਆਈ ਤਾਂ ਸਾਡੇ ਫਲੋਰ ਤੋਂ ਹੀ ਆ ਨਾ ਹਾਂਜੀ ਉਹ ਹੀ ਭੇਜ ਰਹੇ ਆ ਹੁਣ ਸਟੋਕ ਤਾਂ ਹਲੇ ਜੀ ਇਹਦਾ ਅੱਧਾ ਹੀ ਹੋਣਾ ਮੇਰੇ ਹਿਸਾਬ ਨਾਲ ਅੱਧਾ ਇਹਦੇ ਬੱਚੋ ਵਾਲ ਕੁਛ ਵੰਡਿਆ ਹੁਣ ਇੱਥੇ ਬਾਕੀ ਅੱਧਾ ਇੱਥੇ ਲਿਆਉਂਦਾ ਦੋ ਇਹਦਾ ਨਹੀਂ ਇਹਦਾ ਹੋਣਾ ਇੱਕ ਸਵਾ ਕੁ 200 ਬੋਰੇ ਦੇ ਕਰੀਬ ਬਣਦਾ ਹਾਂਜੀ ਹਾਂਜੀ ਨਹੀਂ ਬੱਚੋ ਵਾਲ ਦਾ ਲੱਗ ਗਿਆ 500 ਬੋਰਾ ਸੀਗਾ ਟੋਟਲ ਹਾਂਜੀ ਹਾਂਜੀ ਕਿਉਂਕਿ ਪਾਊਸ ਮਸ਼ੀਨ ਆ ਸਾਰਾ ਇੰਟਰਨੈਟ 'ਤੇ ਹੈਗਾ ਕੋਈ ਸਟੋਕ ਦੀ ਇੱਕ ਕਿਲੋ ਦੀ ਵੀ ਹੇਰਾ ਫੇਰੀ ਨਹੀਂ ਹੈਗੀ।